ಒಂದು ಕಲ್ಲಾಗಲೇ ಗಾಯದ ಯಾವ A few moments later. ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਅੱਲਾਹ ਤਾਲਾ ਦੇ ਫਜ਼ਲ ਕਰਮ ਸ਼ੁਕਰ ਹੋਰ ਉਹਦੀਆਂ ਰਹਿਮਤਾਂ ਦੇ ਨਾਲ ਅੱਜ ਦਾ ਬਲਾਗ ਕਰਨੇ ਆ ਸ਼ੁਰੂ ਤੋਂ ਉਮੀਦ ਕਰਨੇ ਤੁਸੀਂ ਸਾਰੇ ਖੈਰ ਖਰੀਅਤ ਨਾਲ ਹੋ ਗਏ ਇਨਸ਼ਾ ਅੱਲਾਹ ਤਾਲਾ ਸਭ ਤੋਂ ਪਹਿਲਾਂ ਤਾਂ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਈਦ ਉਲ ਫਿਤਰ ਮੁਬਾਰਕ ਹੋਵੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਖੁਸ਼ੀਆਂ ਮੁਬਾਰਕ ਹੋਣ ਮਾਸ਼ਾ ਅੱਲਾਹ ਜੀ ਈਦ ਪੜ੍ਹ ਕੇ ਆਏ ਹਾਂ ਔਰ ਸਰਬਾਰ ਸ਼ਰੀਫ ਤੋਂ ਵੀ ਹੋ ਕੇ ਆਏ ਹਾਂ ਪਿੰਡ ਚੱਲਦੇ ਹਾਂ ਔਰ ਯਾਰ ਸੱਜਣ ਜਿੰਨੇ ਵੀ ਆਏ ਨੇ ਭਰਾ ਉਹਨਾਂ ਸਾਰਿਆਂ ਨੂੰ ਮਿਲਦੇ ਹਾਂ ਈਦ ਦੀਆਂ ਖੁਸ਼ੀਆਂ ਇੱਕ ਦੂਸਰੇ ਦੇ ਨਾਲ ਵੰਡਨੇ ਆ ਕਾਲੇ ਦੇ ਚਿੱਟੇ ਲੱਲੂ ਚਿੱਟਾ ਹੋ ਗਿਆ ਅੱਗੇ ਨਾਲੋਂ ਦੋਏ ਕਾਲੇ ਦੇ ਚਿੱਟੇ ਆਹੋ ਹੈ ਨਹੀਂ ਮੈਨੂੰ ਮਾਰ ਬੈਠਾ ਇਹ ਤਾਂ ਬੈਠਾ ਇਹ ਤਾਂ ਮੈਂ ਸਹੀ ਆ ਇਹ ਤਾਂ ਬੈਠਾ ਇਹ ਤਾਂ ਦੋ ਦਿਨ ਬਾਅਦ ਵੇਖੀ ਤਕਾਲ ਬੈਠਾ ਸੀ ਤਾਂ ਮਾਰਿਆ ਨਹੀਂ ਨਹੀਂ ਅੱਗੇ ਵੀ ਚਿੱਟਾ ਹੋ ਗਿਆ ਫਿਰ ਚਿੱਟਾ ਹੀ ਮੈਨੂੰ ਪਤਾ ਸੀ ਡਾਗ ਚਿੱਟਾ ਅੱਜ ਜਿੰਨੇ ਸਾਡੇ ਚੈਨਲ ਨੂੰ ਵੇਖਣ ਵਾਲੇ ਸਾਰਿਆਂ ਨੂੰ ਈਦ ਮੁਬਾਰਕ ਸਾਡੇ ਤਰਫ ਤੋਂ ਵੀ ਈਦ ਮੁਬਾਰਕ ਜੋਸ਼ਨ ਗਰੁੱਪ ਦੀ ਤਰਫ ਤੋਂ ਈਦ ਮੁਬਾਰਕ ਨਹੀਂ ਗਰੁੱਪ ਤੋਂ ਕੋਈ ਨਹੀਂ ਕੈਨਸਲ ਆਰਡਰ ਕੈਨਸਲ ਗਰੁੱਪ ਕੈਨਸਲ ਗਰੁੱਪ ਕੈਨਸਲ ਭਾਈ ਗਰੁੱਪ ਵਿੱਚ ਕੋਈ ਨਹੀਂ ਕੋਈ ਤੂੰ ਪਾ ਦੇ ਗਰੁੱਪ ਵਾਲਾ ਐ ਹੀ ਪਿੰਡ ਦੀ ਬਾਤ ਹਾਂਜੀ ਐ ਪਿੰਡ ਦੀ ਈਦ ਭਾਜੀ ਐ ਐ ਸੇ ਪਿੰਡ ਦੇ ਬੰਦੇ ਨੇ ਈਦ ਮਨਾਉਣੇ ਨੇ ਈਦ ਦੀ ਨਮਾਜ਼ ਹੋ ਹੋ ਗਈ ਏ ਬਾਅਦ ਚ ਇਹਨਾਂ ਜਨਾਬ ਐ ਸੋਹਣੇ ਕੱਪੜੇ ਪਾਏ ਨੇ ਇਹਨਾਂ ਦੀ ਸੂਟ ਕਾਡੀ ਗਈ ਇਹਨਾਂ ਦੀ ਈਦ ਪਿੱਛੇ ਲੰਘ ਨਹੀਂ ਗਈ ਥੋੜੇ ਦਿਨ ਪਹਿਲੇ ਨਹੀਂ ਅੱਜ ਉਹ ਨਹੀਂ ਆ ਪਿੱਛੇ ਲੰਘ ਗਈ ਏ ਉਹ ਥੋੜੇ ਦਿਨ ਹੋਏ ਲੰਗੀ ਏ ਉਦੋਂ ਦੀ ਤੁਹਾਡੀ ਈਦ ਲੰਗੀ ਅੱਜ ਤਾਂ ਤੁਸੀਂ ਸਾਡੀ ਬਣਾਉਂਦੇ ਹੋ ਆਹੋ ਯਾਰ ਕੋਈ ਹੋਰ ਕਰੋ ਯਾਰ ਜ਼ੂਮ ਕਰ ਕੇ ਵੇਖੋ ਸਾਡੀ ਵਾਕਈ ਉਦੋਂ ਨਹੀਂ ਆਹੋ 5 ਤਰੀਕ ਨੂੰ ਐ ਮੁਲਾਕਾਤ ਹੋ ਲੱਗੀ ਤੁਸੀਂ ਰੱਖ ਐ ਭਾਈ ਈਦ ਮੁਬਾਰਕ ਹੋਣ ਲੱਗੀ ਜੀ ਆ ਸਲਾਮੀ ਦਿੱਤੀ ਏ ਐ ਵੀ ਸਲਾਮੀ ਓ ਯਾਰ ਯਸ ਆ ਈਦ ਆ ਜੀ ਪਿੰਡ ਦੀ ਈਦ ਚੱਲ ਅੱਜ ਈਦ ਮਨਾਉਂਦੇ ਸਵੇਰੇ ਨੂੰ ਕਰ ਲੈਣਾ ਹਾਂ ਅੱਜ ਚੱਲ ਜਾਓ ਪੀਸ ਬਾਹਰ ਭਾਈ ਸਾਧੂ ਹੁਣ ਕਿੱਦਾਂ ਨੂੰ ਸ਼ਵਾਰਮਾ ਚੱਲੀਏ ਖਾਣ ਉਹ ਜੁੱਤੀ ਪਾਣ ਗਏ ਨੀ ਚਲੋ ਫਿਰ ਅੱਜ ਗਸ਼ਤੀ ਕਰੀਏ ਹੁਣ ਵਰੀਓ ਸਟਾਪ ਤੱਕ ਤੁਹਾਨੂੰ ਫ੍ਰੀ ਦਾ ਪਾਊਡਰ ਲੱਭਣਾ ਗੱਡੀ ਵਾਲੇ ਨੀ ਸਾਹ ਲੈਣਾ ਆ ਸ਼ੁਕਰ ਹੈ ਹਵਾ ਆਈ ਆ ਉਸ ਸਾਈਡ ਦੀ ਫੌਜੀ ਤਾਂ ਠੀਕ ਹੈ ਨਾ ਪਰਨਾ ਲਿਆ ਸਾਫ਼ ਕਰ ਲਿਆ ਮੂੰਹ ਮੈਨੂੰ ਪਤਾ ਲੱਗਾ ਸੀ ਯਾਦ ਬੜਾ ਕਰਦਾ ਮੈਨੂੰ
ਇੱਥੇ ਕੀ ਜਾਣਾ ਆਹ ਹੈ ਆ ਭਾਉ ਜੀ ਜਾਣਾ ਹੀ ਐ ਭਾਜੀ ਪਾਰਕ ਦਾ ਗੇਟ ਜੇ ਐ ਵਾਲਾ ਔਰ ਆਵਾਮ ਵੇਖੋ ਐ ਸਾਰੀ ਪਾਰਕਿੰਗ ਜੇ ਤੋੜ ਐਂਡ ਤਾਗਰ ਜਿੱਥੇ ਤਾਗਰ ਨਜ਼ਰ ਆਉਣ ਡਈ ਹੈ ਨਾ ਉੱਥੋਂ ਤਾਗਰ ਮੋਟਰਸਾਈਕਲਾਂ ਹੀ ਮੋਟਰਸਾਈਕਲਾਂ ਤੇ ਇਹ ਬੰਦੇ ਆਏ ਹੈ ਜੇ ਪਾਰਕ ਦੇ ਵਿੱਚ ਜਾਣ ਲਈ ਬਾਹਰ ਰਸ਼ ਵੇਖ ਲਵੋ ਉਹ ਗੇਟ ਦੇ ਅੱਗੇ ਵੇਖ ਲਵੋ ਪਾਰਕ ਵੱਲ ਤੇ ਵੇਖਣ ਦਾ ਹੀ ਦਿਲ ਨਹੀਂ ਕਰਦਾ ਪਿਆ ਓਏ ਓਏ ਇੰਨਾ ਕੁ ਯਾਰ ਰਸ਼ ਹੀ ਇੰਨਾ ਕੁ ਪਾਰਕ ਦੇ ਵਿੱਚ ਤੋਆ ਯਾ ਅੱਲਾ ਮੇਰੇ ਹਿਸਾਬ ਨਾਲ ਤੇ ਪੂਰੇ ਸਿਆਲਕੋਟ ਮੇਰਾ ਹਾਲ ਹੈ ਪੂਰਾ ਜ਼ਿਲ੍ਹਾ ਸਿਆਲਕੋਟ ਹੀ ਇੱਥੇ ਹੀ ਅੱਜ ਪਾਰਕ ਦੇ ਵਿੱਚ ਕਿੱਥੇ ਬੈਠੇ ਹਾਂ ਮੈਜ਼ੀਓ ਤੇ ਕੈਂਟ ਭਾਜੀ ਆ ਜੀ ਪੀਜ਼ਾ ਜੀ ਮੈਜ਼ੀਓ ਤੇ ਕੈਂਟ ਆਏ ਆ ਖਾਣ ਵਾਸਤੇ ਸਭ ਤੋਂ ਮਹਿੰਗਾ ਪੀਜ਼ਾ ਹੈ ਨਹੀਂ ਉਹ ਵੀ ਥੱਕ ਗਿਆ ਉਹਨੂੰ ਤਾਂ ਅਲੱਗ ਅਲੱਗ ਖਾਂਦਾ ਹੈ ਐਫ ਜੀਤਾ ਸੈਵਨ ਅਪ ਜਾਂ ਡਿਊ ਸਾਜੀ ਇੱਧਰ ਵੀ ਰੱਖੋ ਨਾ ਇਕੱਲੇ ਇਕੱਲੇ ਨਾ ਨਾ ਗਾਓ ਪਰ ਇੱਥੇ ਵੀ ਰੱਖੋ ਨਾ ਮੇਰਾ ਹਿਸਾਬ ਇੰਜ ਆਉਂਦੇ ਸਹੀ ਹੈ ਮੈਂ ਹੱਥ ਨਾਲ ਹੀ ਤੋੜ ਤੋੜ ਗਾਈ ਜਾਂਦਾ ਮੈਂ ਵਿੱਚ ਵਾੜ ਦਿਆਂ ਛੋਟੇ ਛੋਟੇ ਹੁੰਦੇ ਹਾਂ ਜਦੋਂ ਦਾ ਪੁੱਲ ਬਣਿਆ ਮੈਂ ਉਦੋਂ ਇੱਥੇ ਸਿਆਲਕੋਟ ਰਹੀਦਾ ਸੀ ਆਹੋ 97-96-97 ਦੀ ਗੱਲ ਹੈ ਜਦੋਂ ਦਾ ਪੁੱਲ ਬਣਿਆ ਸੀ ਮੇਰੀ ਉਮਰ ਹੋ ਗਈ ਹੈ 35-36 ਦੀ ਪੈਦਾਇਸ਼ 36 ਬਣਦੀ ਹੈ ਪੰਜ ਸਾਲ ਤੇਰੀ 30 ਹੋਈ ਹੈ ਫਿਰ ਉਸ ਹਿਸਾਬ ਨਾਲ ਆਈ ਹੈ ਆਹੋ ਤੇ ਮੇਰੇ ਵੀ ਤਿੰਨ ਉਧਰੂ ਦੇ ਤਿੰਨ ਇਧਰੂ 20 ਵਿਚਲੇ ਲਾ ਲਓ 37-36 ਬਣਦਾ ਉਹ ਪਤਾ ਹੀ ਨਹੀਂ ਲੱਗਾ ਵੇਖ ਲੈ ਜੀ ਝਾਸ ਆਈ ਹੈ ਪੂਰੀ ਫੌਜੀ ਜਿਹੜੀ ਅੰਗਰੇਜ਼ੀ ਬੋਲਦਾ ਨਾ ਫੌਜੀ ਜਿਹੜਾ ਪੀਜ਼ੇ ਦੇ ਤੂੰ ਅੰਗਰੇਜ਼ੀ ਬੋਲ ਛੱਡਦਾ ਨਾ ਇਹ ਕੰਮ ਵਾਧੂ ਹੋ ਜਾਂਦਾ ਆਹੋ ਫੌਜੀ ਹੈ ਕਿਹੜੇ ਮੂੰਹ ਲੱਗਦੀ ਹੈ ਜ਼ਬਾਨ ਫੌਜੀ ਜੀ ਨੂੰ ਕ੍ਰਿਕਟ ਖੇਡਦਾ ਹੁਣ ਵੀ ਤੂੰ ਕੀਪਰ ਖਲੋ ਗਿਆ ਬੋਲਦਾ ਹੁੰਦਾ ਹੈ ਆਹੋ
موسم پورا انجوائمنٹ والا ہویا وے لیکن ہے موٹر سائیکل والا شہر تا کریے ذرا شہروں باہر نہیں شہروں باہر تے نری اپا گوال ٹپ گئے نا اگو پتہ لگ جڑا کہ پیڑا گا گیا ہے چلیے یار ہن ٹائم موسم بھی تو خراب ہویا نے نیلن دی ہے ارے نیلن دی نہیں رولا کوئی بھی اے بھراوا مانا کہ بڑے ہو گئے جانے ویکھن دے تے او آکھن دے کہ ساڈے وی پیو سنا کی آندا بندہ ادھر بھی ویکھ لو ہن او باجی ہوراں وی ویکھ لیا جی ادھر بھی جی کام ود گیا جی نہیں ویسے انہاں نال زیادتی کیتی ہے تو نہیں جل کرتا پیا ساجی اجازت دیو سانو چنگا جی